ਹੇ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਲੁੱਕ ਤੇ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੇ ਅੱਜ ਜੀ ਹੈਗੀ ਆ ਜੀ 12 ਤਰੀਕ ਤੇ ਅਸੀਂ ਪਹਿਲਾਂ ਜਾ ਰਹੇ ਹਾਂ ਸਿਸਰੇ ਗੋਲਡਨ ਪਾਰਕ ਤੇ ਜੀ ਅੱਜ ਹੁਣ ਆਪਾਂ ਆਦਮੀ ਨਾਲੇ ਮੰਮਾ ਦਾ ਬਰਥਡੇ ਆ ਤੇ ਯੂਵੀ ਦਾ ਤੇ ਪਹਿਲਾਂ ਉਹਨਾਂ ਨੂੰ ਬਰਥਡੇ ਵਿਸ਼ ਵੀ ਕਰਾਂਗੇ ਘਰੇ ਆ ਕੇ ਤੇ ਪਹਿਲਾਂ ਚੱਲਦੇ ਹਾਂ ਜੀ ਗੋਲਡਨ ਪਾਰਕ ਤੇ ਤੁਹਾਨੂੰ ਉੱਥੇ ਆ ਕੇ ਮਿਲਦੇ ਹਾਂ ਤੇ ਗਾਇਸ ਸ਼ੇਰ ਦਾ ਮਾਹੌਲ ਦੇਖੋ ਜੀ ਕਿੰਨਾ ਵਧੀਆ ਵਾ ਠੰਡੀ ਠੰਡੀ ਹਵਾ ਚੱਲ ਰਹੀ ਆ ਪੂਰੀ ਔਖਾ ਆਇਆ ਵਾ ਆਪਾਂ ਤਾਂ ਹੀ ਜੈਕਟ ਪਾ ਲਈ ਸੀਗੀ ਤੇ ਚੱਲਦਾ ਗਾਈਸ ਹੋਰ ਤੇ ਗਾਈਸ ਮੈਂ ਥੋੜ੍ਹਾ ਜਿਹਾ ਰਹਿ ਗਿਆ ਵਾ ਰਸਤਾ ਇੱਥੇ ਦੀ ਆਪਾਂ ਰਾਈਟ ਹੋਣਾ ਵਾ ਚੌਂਕ ਆ ਗਿਆ ਇੱਥੋਂ ਆਪਾਂ ਰਾਈਟ ਹੋਣਾ ਹੋ ਚੁੱਕਿਆ ਜੀ ਲਾਈਟ ਤੇ ਗਾਈਸ ਆਪਾਂ ਪਹੁੰਚ ਚੁੱਕੇ ਹਾਂ ਜੀ ਆਪਾਂ ਪਾਰਕ ਆਪਣੇ ਆਹ ਦੇਖੋ ਗਾਈਸ ਕਿੰਨਾ ਵਧੀਆ ਮਾਹੌਲ ਆ ਤੇ ਆਪਣਾ ਸਾਈਕਲ ਲਾਉਂਦੇ ਹਾਂ ਜੀ ਕਿਤੇ ਫਿਰ ਚੱਲਦੇ ਹਾਂ ਜੀ ਅੰਦਰ ਪਾਰਕ ਦੇ चलो गाइस लाने कि अपना साइकिल ओ नो ट्रक आ गया सब नो पकड़ता जी कोई नहीं जगह पर भी साइकिल हम लाने की साइकिल आप एक जगह फिर चलते हैं जी अंदर पार्क दे ਗਾਇਸ ਲਗਾਤਾ ਜੀ ਆਪਣਾ ਆਪਾਂ ਸਾਈਕਲ ਪਾਰਕ 'ਚ ਅਤੇ ਚਲਦੇ ਹਾਂ ਸਾਰੇ ਅਤੇ ਗਾਇਸ ਹੁਣ ਤੁਰਦੇ ਹੋਏ ਜਾ ਰਹੇ ਹਾਂ ਜੀ ਪਾਰਕ ਦੇ ਗੇਟ ਵੱਲ ਨੂੰ ਅਤੇ ਗਾਇਸ ਖੋਲ੍ਹਦੇ ਹਾਂ ਗੇਟ ਪਾਰਕ ਦਾ ਚਲੋ ਇੱਕ ਰਾਊਂਡ ਮਾਰਦੇ ਪਹਿਲਾਂ ਪਾਰਕ ਦਾ ਬਸ ਉੱਧਰੋਂ ਦੀ ਮੈਂ ਇੱਥੇ ਪਹੁੰਚ ਗਿਆ ਵਾਂ ਰਾਊਂਡ ਮਾਰਦਾ ਥੋੜ੍ਹੀ ਜਿਹੀ ਇੱਕ ਦੋ ਹੋਰ ਮਾਰਦਾ ਰਾਊਂਡ ਅਤੇ ਫਿਰ ਲਾਵਾਂਗੇ ਜੀ ਐਕਸਰਸਾਈਜ਼ ਬਸ ਮਾਰਦੇ ਗਏ ਰਾਊਂਡ ਜੀ ਪਾਰਕ ਦੇ ਅੰਦਰ ਜੀ ਆਪਣਾ ਨਾਲ ਹੀ ਸਟੇਡੀਅਮ ਆ ਦੇਖੋ ਜਿੱਥੇ ਆਪਾਂ ਉੱਧਰ ਸਾਈਕਲ ਲਾਇਆ ਉੱਧਰਲੇ ਪਾਸੇ ਇੱਥੇ ਜੀ ਖੇਡ ਵੀ ਸਕਦੇ ਹਾਂ ਆਪਾਂ ਬੈਟ ਬੋਲ ਕੁਛ ਵੀ ਖੇਡ ਸਕਦੇ ਹਾਂ ਜੀ ਅਤੇ ਗੱਲ ਸਭ ਇੱਥੇ ਸ਼ੁਰੂ ਕੀਤਾ ਸੀ ਗਰਾਊਂਡ ਅਤੇ ਹੁਣ ਜਾ ਕੇ ਆਪਣਾ ਇੱਕ ਰਾਊਂਡ ਵੱਜ ਚੁੱਕਾ ਅਤੇ ਇੱਕ ਹੋਰ ਮਾਰਦੇ ਹਾਂ ਜੀ ਪਾਰਕ 'ਚ ਫਿਰ ਲਾਵਾਂਗੇ ਜੀ ਆਪਾਂ ਐਕਸਰਸਾਈਜ਼ ਮਾਰੀ ਜਾਂਦੇ ਹਾਂ ਜੀ ਰਾਊਂਡ ਅਤੇ ਐਕਸਰਸਾਈਜ਼ ਦੇਖਦੇ ਹਾਂ ਲਾਉਂਦੇ ਹਾਂ ਜੀ ਹੁਣ ਦੋ ਰਾਊਂਡ ਮਾਰ ਲਿਆ ਅਤੇ ਇੱਕ ਐਕਸਰਸਾਈਜ਼ ਲਾਵਾਂਗੇ ਫਿਰ ਰਾਊਂਡ ਮਾਰਾਂਗੇ ਫਿਰ ਇੱਕ ਐਕਸਰਸਾਈਜ਼ ਲਾਵਾਂਗੇ ਫਿਰ ਰਾਊਂਡ ਮਾਰਾਂਗੇ ਇੱਦਾਂ ਕਰਾਂਗੇ ਜੀ ਅੱਜ ਜਾਂ ਜੀ ਲਾਈ ਜਾਵਾਂਗੇ ਐਕਸਰਸਾਈਜ਼ ਬਾਕੀ ਦੇਖਦੇ ਹਾਂ ਜੀ ਕਈ ਲਾ ਰਹੇ ਹਾਂ ਜੀ ਆਪਾਂ ਐਕਸਰਸਾਈਜ਼ ਦੇਖੋ ਬੁਲਾ ਰਹੇ ਹਾਂ ਜੀ ਅਸੀਂ ਦੋ ਕੁ ਰਾਊਂਡ ਹੋਰ ਕੱਢ ਕੇ ਚਲਦੇ ਹਾਂ ਜੀ ਘਰੇ ਅਤੇ ਗਾਇਸ ਆਖੋ ਨਹਿਰ ਦਾ ਮਾਹੌਲ ਦੇਖੋ ਗਾਇਸ ਕਿੰਨਾ ਘੈਂਟ ਆ ਨਹਿਰ ਦਾ ਮਾਹੌਲ ਵੀ ਅਤੇ ਮੈਂ ਧੁੰਦ ਹੈ ਨਹੀਂ ਕਿੰਨੀ
ਕੱਲ ਪਰਸੋਂ ਬਹੁਤ ਹੁੰਦੀ ਸੀਗੀ ਜੀ ਇੱਥੇ ਅਤੇ ਬਸ ਇੱਧਰ ਨਹਿਰ ਹੁੰਦਾ ਹੋਇਆ ਸੀ ਮੈਂ ਕਿਹਾ ਚੱਲ ਨਹਿਰ ਦਾ ਮਾਹੌਲ ਦਿਖਾ ਦਿੰਦੇ ਹਾਂ ਅਤੇ ਬਸ ਹੁਣ ਚਲਦੇ ਹਾਂ ਜੀ ਘਰੇ ਅਤੇ ਤੁਹਾਨੂੰ ਮਿਲਦੇ ਹਾਂ ਜੀ ਘਰੇ ਜਾ ਕੇ ਅਤੇ ਗੈਸ ਪਹੁੰਚ ਚੁੱਕੇ ਹਾਂ ਜੀ ਆਪਾਂ ਘਰੇ ਅਤੇ ਗਾਈ ਯੋਗੀ ਨੂੰ ਕਰਦੇ ਹਾਂ ਜੀ ਬੜੇ ਖੁਸ਼ ਹੈਪੀ ਬਰਥਡੇ ਹੈਪੀ ਬਰਥਡੇ रेस्ट करदे थोड़ी ते फिर करांगे जी अज दा व्लॉग अज करांगे केक कुटांगे घरे ते बस देखदे आं की करदे आं बर्थडे दे ते चलो गाइस गाइस तुहानू मिलदे आ जी हुण वाल सैट करके ते गाइस हुण तुहानू मिलदे आ जी वाल सैट करके जी आपणे ते गाइस आ को वाल सैट करदे मैं आपां पहला सुका लेवे आ जी ते गाइस तुहानू दिखावांगे जी वाल सीधा सैट करके ते गाइस आपां कर लेणे आ जी वाल सैट ते बस हुण जैकेट पाणे आ ते पूरा तैयार होके तुहानू फाइनल लुक दिखाणे आ ते गाइस आ वा जी साडी फाइनल लुक आ जैकेट थल्ले टी शर्ट ते पजामा लोअर मतलब लोअर ते बस अही सीगी आज फाइनल लुक आप पूरा दिन आज दीदी रहना ते बस अगे हुण आज जो होगा जी तुहानू सारा रिकॉर्ड करांगे पहला थोड़ी देर तक जाना जी आपां केक लैण ते शाम नूं कटांगे केक ते गाइस देखो उत्ते दा माहौल किन्ना वधिया धुप धुप निकली आखो पूरी ते किन्ना वधिया लग रिहा जी मौसम ठंड नाले हो गई धुप्पे बैठा करांगे जी हुण ते धुप सिक दा मज़ा आंदा जी पूरा क्या मज़ा आ रहा जी ਤੇ ਗਾਇਸ ਯੂਵੀ ਲੈ ਆਇਆ ਜੀ ਟੋਫੀਆਂ ਦਾ ਪੈਕਟ ਤੁਹਾਨੂੰ ਵੀ ਦਿਖਾਉਂਦਾ ਨੇ ਟਿਊਸ਼ਨ ਤੇ ਵੜਨੀਆਂ ਵਾ ਤੇ ਦਿਖਾਉਂਦਾ ਤੁਹਾਨੂੰ ਗਾਇਸ ਦੇਖੋ ਆਹ ਲਿਆ ਮੈਂਗੋ ਡਬਲਸ ਤੇ ਵਾ ਦੇਖੋ ਕਿੱਡਾ ਵੱਡਾ ਪੈਕਟ ਆ ਟਿਊਸ਼ਨ ਤੇ ਵੜਨਾ ਗਾਇਸ ਇਹਨਾਂ ਦੇਖੋ ਬੈਠਾ ਕਿੱਥੇ ਹੈ ਦਿਖਾਉਣਾ ਤੁਹਾਨੂੰ ਆਖੋ ਗਾਇਸ ਫੋਨ ਚਲਾ ਰਿਹਾ ਕਿੰਨਾ ਆਰਾਮ ਨਾਲ ਮਾਰ ਕੇ ਆਪਣੀ ਆਏ ਛੋਣਾ ਆਖੋ ਗਾਇਸ ਇਹਦੇ ਟੋਫੀਆਂ ਦਾ ਪੈਕਟ ਰੱਖ ਦਿੰਨੇ ਜਿੱਥੋਂ ਆਪਾਂ ਚੱਕਿਆ ਵਾ ਮੰਦਰ 'ਚ ਰੱਖਿਆ ਆ ਵਾ ਜੀ ਐਸ਼ ਸ਼੍ਰੀ ਮਾਲਾਲ ਜੀ ਆ ਗਾਇਸ ਮੰਦਰ 'ਚ ਰੱਖਿਆ ਲੈਟ ਜਗਾ ਕੇ ਦਿਖਾਉਂਦਾ ਤੁਹਾਨੂੰ ਮੰਦਰ ਦੀ ਓਕੇ ਗਾਇਸ ਮੰਦਰ 'ਚ ਰੱਖਿਆ ਇਹਨੇ ਚਲੋ ਗੇਟ ਤੋਂ ਬੰਦ ਕਰ ਦਿੰਦੇ ਮੰਦਰ ਦੇ ਤੇ ਗਾਇਸ ਬਸ ਅਸੀਂ ਥੋੜ੍ਹੀ ਦੇਰ ਤੱਕ ਚੱਲੇ ਹਾਂ ਜੀ ਟਿਊਸ਼ਨ ਮੰਮਾ ਬਣਾ ਰਹੇ ਰੋਟੀ ਰੋਟੀ ਖਾ ਕੇ ਫਿਰ ਚੱਲੇ ਹਾਂ ਜੀ ਆਪਾਂ ਟਿਊਸ਼ਨ ਅਤੇ ਟਿਊਸ਼ਨੋਂ ਆ ਕੇ ਕਰਾਂਗੇ ਜੀ ਬਰਥਡੇ ਸੈਲੀਬ੍ਰੇਟ ਯੂਵੀ ਦੇ ਮੰਮਾ ਦਾ ਕੇਕ ਉਹ ਕੱਟਾਂਗੇ ਜੋ ਕਰਨਾ ਆਪਾਂ ਕਰਾਂਗੇ ਟਿਊਸ਼ਨੋਂ ਆ ਕੇ ਅਤੇ ਉਹਨੇ ਕਿਉਂਕਿ ਟੋਫੀਆਂ ਵੜਨੀਆਂ ਯੂਵੀ ਨੇ ਟਿਊਸ਼ਨ 'ਤੇ ਇਸ ਕਰਕੇ ਜਾਣਾ ਹੀ ਪੈਣਾ ਯੂਵੀ ਨੂੰ ਨਾਲ ਲੈ ਕੇ ਟਿਊਸ਼ਨ ਅਤੇ ਬਸ ਰੋਟੀ ਖਾਂਦੇ ਤਾਂ ਚੱਲਦੇ ਹਾਂ ਜੀ ਟਿਊਸ਼ਨ ਤੁਹਾਨੂੰ ਜਿਹੜੀ ਗੰਦ ਖਾ ਰਹੇ ਹਾਂ ਜੀ 2025 ਜਨਰੇਸ਼ਨ ਗੰਦ ਆ ਅਤੇ ਆਖੋ ਗਾਈਸ ਕਿੰਨੀ ਘੈਂਟ ਗੰਦ ਆ ਇਹ ਓਖੋ ਗਾਈਸ ਦੋ ਹਿੱਸੇ ਹੋ ਗਏ ਨੇ ਕਿਤੇ ਕਿਤੇ ਕਿੰਨੇ ਆ ਤੁਹਾਨੂੰ ਮੈਂ ਦੱਸਦਾ ਵਾਂ ਦੋ ਮਿੰਟ ਰੁਕੋ ਆ ਗਾਈਸ ਕਿੰਨੀ ਤਕੜੀ ਤੋੜਤੀ ਹੈ ਜਿੰਨੀ ਤੋੜੀ ਆ ਓਖੋ ਗਾਈਸ ਚੱਲੇਗਾ ਆ ਮਲਾਨਾ ਜੀ ਨੇ ਤੋੜੀ ਆ ਤੇ ਆ ਵਾਜੀ ਜੀ ਨੇ ਤੋੜੀ ਆ ਤੇ ਗਾਇਸ ਇਹਨੇ ਤੋੜੀ ਆ ਬੰਦੂਕ ਆਖੋ ਮੱਥਾ ਟੇਕ ਰਿਹਾ ਜੀ ਆਖੋ ਟੋਫੀਆਂ ਲੈ ਕੇ ਜਾਣ ਦਾ ਜੀ ਮੱਥਾ ਟੇਕ ਰਿਹਾ ਇਹਨੇ ਤੋੜੀ ਆ ਜੀ ਆ ਬੰਦੂਕ ਤੇ ਗਾਇਸ ਹੁਣ ਟਾਈਮ ਹੋ ਗਿਆ ਜੀ 5 ਵੱਜ ਗਏ ਨੇ ਸ਼ਾਮ ਦੇ ਤੇ ਮੈਂ ਹੁਣੇ ਹੁਣ ਟਿਊਸ਼ਨੋਂ ਆਇਆ ਵਾਂ ਤੇ ਬਸ ਹੁਣ ਥੋੜ੍ਹੀ ਦੇਰ ਤੱਕ ਜਾਣਾ ਜੀ ਆਪਾਂ ਕੇਕ ਲੈਣ ਅਤੇ ਆਹ ਬਰਥਡੇ ਵਾਲਾ ਦੇਖੋ ਗਾਇਸ ਤਾਂ ਦੁਕਾਨਾਂ ਲਾਇਆ ਸੀ ਆਪਾਂ ਅਤੇ ਗਾਇਸ ਹੁਣੇ ਹੁਣੇ ਜੀ ਆਇਆ ਸੀ ਮੈਂ ਟਿਊਸ਼ਨੋਂ 5 ਵੱਜ ਗਏ ਨੇ ਅਤੇ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਜੀ ਨਾਲੇ ਆਖੋ ਗਾਇਸ ਸਿੱਧਾ ਇੱਦਾਂ ਲੱਗਣਾ ਜੀ ਬੈੱਡ 'ਤੇ ਮਤਲਬ ਬੈੱਡ ਦੀ ਗੰਦ ਦੇ ਪਿੱਛੇ ਆਖੋ ਐਂ ਜੀ
ਇਹਦੀ ਟੇਪ ਲੱਥ ਗਈ ਜੀ, ਐ ਥੱਲੇ ਹੋ ਗਿਆ ਜੀ। ਲਾਉਂਦੇ ਹਾਂ ਟੇਪ ਪਹਿਲਾਂ 'ਚ, ਫਿਰ ਲਾਵਾਂਗੇ ਜੀ ਇਹਨੂੰ ਪ੍ਰੋਪਰ। ਅਤੇ ਆਖੋ ਗਾਇਸ ਪੱਖੇ ਨਾਲ ਆਪਣਾ ਪੂਰਾ ਹੱਥ ਟੱਚ ਹੁੰਦਾ ਜੀ। ਅਤੇ ਗਾਇਸ ਲਾਤਾ ਜੀ ਆਪਾਂ, ਸਹੀ ਕਰਤਾ ਜੀ ਇਹਨੂੰ, ਜਿਹੜਾ ਥੋੜ੍ਹਾ ਟੇਪ ਉੱਖੜ ਗਈ ਸੀ ਆਪਾਂ ਟੇਪ ਲਾਤੀ ਇੱਥੇ। ਅਤੇ ਗਾਇਸ ਚੱਲਦੇ ਹਾਂ ਜੀ ਆਪਾਂ ਕੇਕ ਲੈਣ। ਮੰਮਾ ਦੇ ਯੂਵੀ ਦਾ ਮਤਲਬ ਇੱਕ ਹੀ ਲਿਆਵਾਂਗੇ, ਅਤੇ ਇਕੱਠੇ ਕਟਾਵਾਂਗੇ ਮੰਮਾ ਕੋਲ ਯੂਵੀ ਤੋਂ। ਅਤੇ ਬਸ ਚੱਲਦੇ ਹਾਂ ਜੀ। 20 ਕਿੱਥੇ ਕੱਢਦੇ, 15 ਕੱਢਦੇ ਨਾਲ। ਪਹੁੰਚ ਚੁੱਕੇ ਹਾਂ ਜੀ ਦੁਕਾਨ 'ਤੇ ਕੇਕ ਲੈਣ। ਸਾਡਾ ਕੇਕ ਫਾਈਨਲ ਹੋ ਚੁੱਕਾ ਜੀ, ਬਸ ਬਣਨ ਲੱਗੇ ਨੂੰ ਟਾਈਮ ਲੱਗ ਰਿਹਾ ਜੀ। ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਕਿਹੜਾ ਵਾ ਕੇਕ। ਹੁਣ ਪਹੁੰਚਿਆ ਜੀ ਘਰੇ, ਅਤੇ ਬਸ ਥੋੜ੍ਹੀ ਦੇਰ ਤੱਕ ਕਰਾਂਗੇ ਕੇਕ ਕੱਟ, ਅਤੇ ਤੁਹਾਨੂੰ ਦਿਖਾਵਾਂਗੇ ਜੀ ਕਿ ਆਪਾਂ ਕਿਹੜਾ ਕੇਕ ਲਿਆਂਦਾ ਵਾ, ਅਤੇ ਕੁਛ ਸਪੈਸ਼ਲ ਆ ਜੀ ਕੇਕ ਜੇ ਨਾਲ ਦੱਸਦਾ ਜੀ। ਕਿਹੜਾ ਕੇਕ ਆ? ਤੇਰਾ ਸੋ ਸਰਪ੍ਰਾਈਜ਼ ਆ, ਲੇਕਿਨ ਤੈਨੂੰ ਪਸੰਦ ਆਊਗਾ ਜਿਹੜਾ ਕੇਕ ਆ ਨਾ ਜੀ, ਜਿਹੜਾ ਤੁਹਾਨੂੰ ਵੀ ਪਸੰਦ ਆਵੇਗਾ ਤਾਂ ਨਾਲ ਯੂਵੀ ਨੂੰ ਵੀ ਜੀ। ਬਹੁਤ ਸਪੈਸ਼ਲ ਆ ਜੀ ਕੇਕ ਉਹ। ਅਤੇ ਗਾਇਸ ਥੋੜ੍ਹੀ ਦੇਰ ਤੱਕ ਜੀ ਕੇਕ ਰਿਵੀਲ ਹੋਣ ਵਾਲਾ ਵਾ, ਅਤੇ ਦੇਖੋ ਜੀ ਅੱਗੇ। ਅਤੇ ਗਾਇਸ ਰਿਵੀਲ ਹੋਣ ਵਾਲਾ ਦੇਖੋ ਕੇਕ। ਬੜੀ ਰਿਵੀਲ ਹੋਣ ਵਾਲਾ ਗਾਇਸ ਕੇਕ। ਤਾਰਕ ਮਹਿਤਾ ਦਾ ਕੇਕ ਆ, ਯੁਵਰਾਜ ਮੰਮਾ ਦਾ ਨਾਮ ਸੀ ਯੁਵਰਾਜ ਦਾ। ਫੋਟੋ ਨਹੀਂ ਲੱਗੀ, ਖਾ ਸਕਦੇ ਕੋਈ ਫੋਟੋ ਨਹੀਂ ਹੈਗੀ। Happy birthday to you, happy birthday to you, happy birthday dear Yuvi, happy birthday to you, happy birthday to you, Yuvi di mamma, happy birthday to you. ਓ ਲਿਆਓ ਚਿਮਚਾ, ਲਿਆਓ ਚਿਮਚਾ, ਲਿਆਣੀ ਅਗਾਂ ਬੈਠਦਾ ਰੋੜਿਆ ਚਿਮਚਾ ਲਿਆਣੀ ਜਾ ਕੇ ਲਾ ਕੇ ਨਾ ਆਇਆ ਤਾਂ। ਫੋਟੋ ਸ਼ੂਟ ਹੋ ਰਹੀ ਹੈ ਇੱਧਰ, ਆ ਨੰਦਨੀ ਖਿੱਚਦੀ ਪਈ ਆ। ਨੈਕਸਟ ਮੇਰੀ ਵੀ ਹਾਂ, ਚਲੋ ਹੋ ਗਈ ਹਾਂ, ਚਲੋ ਆ ਜਾਓ ਜੇ ਤੁਸੀਂ ਆਪਣੇ ਆੜੀ ਨੂੰ ਆ ਯੂ ਵੀ ਦੇ ਦੋਸਤ ਆ ਗਏ, ਆ ਜਾਓ ਆ ਜਾਓ ਜਾਓ ਕੋਣ ਆ ਯਾਰ ਮੂੰਹ ਨਾਲ ਤੁਸੀਂ ਜਾ ਯਾਰ ਕੋਣ ਆ ਜਾ ਇੱਕ ਚੜ ਚੜ ਕੇ ਰਹੀ ਇੱਕ ਨਾਲ ਖੜਾ ਜਾ ਤੁਸੀਂ ਨਾ ਵਾਲੀ ਨਾਲ ਨਾਲ ਚਲ ਨਾਲ ਹੋ ਜਾ ਰਿਹਾ ਜਿੱਥੇ ਖੜਾ ਕੋਈ ਹਾਂ ਚਲ ਇਹ ਲੱਗਣ ਦੇ ਤੁਸੀਂ ਕਾ ਖਾਈ ਚੁ ਚਲੋ ਤੇ ਗਾਇਸ ਬਰਥਡੇ ਸੈਲੀਬ੍ਰੇਸ਼ਨ ਹੋ ਚੁੱਕਾ, ਹੁਣ ਖਾਂਦੇ ਪੀਂਦੇ ਆ। ਗਾਇਸ ਪਹਿਲਾਂ ਆਪਾਂ ਖਾਣ ਲੱਗੇ ਜੀ ਕੇਕ, ਆਖੋ ਚਸ਼ਮੇ ਵਾਲਾ ਜੀ, ਆਖੋ ਤਾਰਕ ਮਹਿਤਾ ਵਾਲਾ ਅਸਾਂ, ਆਖੋ ਆ ਗਿਆ ਆਪਣਾ ਬਰਗਰ। ਹੁਣ ਬਰਗਰ ਖਾਣ ਲੱਗੇ, ਪਹਿਲਾਂ ਕੇਕ ਖਾ ਲਿਆ ਸੀ ਜਿੱਦਾਂ ਕਿ ਤੁਹਾਨੂੰ ਦਿਖਾਇਆ ਸੀਗਾ, ਅਤੇ ਹੁਣ ਖਾਂਦੇ ਹਾਂ ਆਪਾਂ ਬਰਗਰ। ਅੱਜ ਦਾ ਵਲੋਗ ਨੂੰ ਜੀ ਕਰਦੇ ਇੱਥੇ ਖਤਮ, ਹੁਣ ਟਾਈਮ ਹੋ ਗਿਆ ਰਾਤ ਦੇ 10, ਅਤੇ ਅੱਜ ਦਾ ਵਲੋਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੀ ਕਮੈਂਟ 'ਚ ਜ਼ਰੂਰ ਦੱਸਿਓ, ਅਤੇ ਬਾਏ ਬਾਏ ਟਾਟਾ ਸੀ ਜੀ।